ਇਨਫੋਕਸ ਪ੍ਰੋਗਰਾਮ ਲੈ ਕੇ ਹਰ ਹਫ਼ਤੇ ਦੀ ਤਰ੍ਹਾਂ ਅਮਰ ਸਿੰਘ ਭੁੱਲਰ ਤੁਹਾਡੀ ਸੇਵਾ 'ਚ ਇੱਕ ਵਾਰ ਫਿਰ ਹਾਜ਼ਰ ਹੈ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਾਲ ਕੈਨੇਡਾ ਦੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਜਿਹਦੇ ਵਿੱਚ ਸਾਡੇ ਪੰਜਾਬੀਆਂ ਨੇ ਬਹੁਤ ਮੱਲਾਂ ਮਾਰੀਆਂ ਅਤੇ ਅੱਜ ਤੱਕ ਦਾ ਜਿਹੜਾ ਇੱਕ ਰੈਕਰਡ ਉਹ ਕਾਇਮ ਕੀਤਾ ਚੋਣ ਜਿੱਤ ਕੇ। ਅੱਜ ਅਸੀਂ ਇਸੇ ਚੋਣ ਅਤੇ ਚੋਣ ਤੋਂ ਬਾਅਦ ਜੋ ਸਾਡੇ ਐਮ ਪੀ ਬਣ ਕੇ ਗਏ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ ਉਹਦੇ ਵਿੱਚ ਸਾਡੇ ਅੱਜ ਮਹਿਮਾਨ ਨੇ ਰੂਬੀ ਸੋਤਾ ਜੀ। ਸਤਿ ਸ਼੍ਰੀ ਅਕਾਲ ਜੀ। ਰੂਬੀ ਜੀ, ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਇਸ ਗੱਲ ਦੀਆਂ ਕਿ ਤੁਸੀਂ ਐਮ ਪੀ ਬਣ ਕੇ ਸਾਡੇ ਸਟੂਡੀਓ 'ਚੋਂ ਪਹਿਲੀ ਵਾਰ ਆਏ ਹੋ। ਥੈਂਕ ਯੂ ਜੀ, ਥੈਂਕ ਯੂ। ਅਤੇ ਤੁਹਾਡੇ ਸਾਰੇ ਪੀ ਟੀ ਸੀ ਔਰਗਨਾਈਜੇਸ਼ਨ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਸਾਡੀ ਬਹੁਤ ਸਪੋਰਟ ਕੀਤੀ ਇਲੈਕਸ਼ਨ ਦੇ ਵਿੱਚ। ਯੂ ਗੇਵ ਲੋਟਸ ਆਫ ਗੁੱਡ ਅਨਬਾਇਸ ਕਵਰੇਜ ਫਰੋਮ ਆਲ ਸਾਈਡਸ, ਅਤੇ ਦੈਟਸ ਵਾਟ ਵੀ ਨੀਡ ਇਨ ਐਨ ਇਲੈਕਸ਼ਨ। ਅਤੇ ਜਿਹੜੇ ਤੁਹਾਡੇ ਵਿਊਅਰਸ ਨੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਬਹੁਤ ਲੋਕ ਸਾਡੇ ਨਾਲ ਵਾਲੰਟੀਅਰ ਦੇ ਤੌਰ 'ਤੇ ਤੁਰੇ ਨੇ ਨਾਲ, ਅਤੇ ਬਹੁਤ ਲੋਕਾਂ ਨੇ ਹੁਣ ਵੀ ਮੈਂ ਮਿਲਦੀ ਹਾਂ, ਯੂ ਨੋ ਦੇ ਵਰ ਵੈਰੀ excited about the change and are still very excited. Ruby ji, tusi Brampton North jehdi riding hai us ton nomination pehla jitti phir chon jitti, chon jittan ton baad tusi hun parliament tak gaye ho, kivein reha tuhanda chon jittan nomination ton leke parliament tak pahunchan da safar, kivein reha hun tak da experience tuhanda? That's a very good question. Thoda ja it's almost feeling like a dream a little bit. You know, I guess ਇੰਨਾ ਲੰਬਾ ਵੀ ਨਹੀਂ ਸਫ਼ਰ, ਪਰ ਫੀਲ ਬਹੁਤ ਹੁੰਦਾ ਹੈ ਵੀ ਬਹੁਤ ਲੰਬਾ ਸੀ। ਆਲਮੋਸਟ 2 ਸਾਲ ਲੱਗ ਗਏ ਸੀ ਨੋਮੀਨੇਸ਼ਨ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਇੱਥੇ ਤੱਕ ਪਹੁੰਚਣ ਲਈ, ਐਂਡ ਇਟ ਵਾਜ਼ ਅ ਲੋਟ ਆਫ ਹਾਰਡ ਵਰਕ। ਪਰ ਮੋਸਟਲੀ ਯੂ ਨੋ ਮੈਂ ਤਾਂ ਜਿਹੜਾ ਕੰਮ ਕਰਨਾ ਸੀ ਕੀਤਾ ਹੀ ਆ, ਪਰ ਆਈ ਕੈਂਟ ਬਿਲੀਵ, ਅਤੇ ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ, ਆਈ ਕੈਂਟ ਥਿੰਕ ਇਨਫ ਵੀ ਜਿੰਨੇ ਵਾਲੰਟੀਅਰ ਸੀਗੇ ਉਹਨਾਂ ਨੇ ਬਿਨਾਂ ਕੋਈ ਪੇ ਲਏ ਤੋਂ, ਬਿਨਾਂ ਕੋਈ ਵੀ ਐਕਸਪੈਕਟੇਸ਼ਨ ਰੱਖਣ ਤੋਂ ਉਹਨਾਂ ਨੇ ਇੰਨੀ ਮਿਹਨਤ ਕੀਤੀ, ਇੰਨਾ ਕੰਮ ਕੀਤਾ। ਇਟਸ ਵੈਰੀ ਅਮੇਜ਼ਿੰਗ ਜਦ ਤੁਸੀਂ ਬੈਠ ਕੇ ਇਕੱਲੇ ਸੋਚਦੇ ਹੋ ਨਾ ਕਈ ਵਾਰ ਵੀ ਇੰਨੇ ਲੋਕਾਂ ਨੇ ਕਿਉਂ ਕਿਉਂ ਇੰਨੀ ਹਿੰਮਤ ਕੀਤੀ, ਕਿਉਂ ਇੰਨਾ ਕੰਮ ਕੀਤਾ। ਛੋਟੇ ਛੋਟੇ ਬੱਚਿਆਂ ਨੇ ਵੀ ਯੂ ਨੋ ਉਸ ਤੋਂ ਬਾਅਦ ਇਲੈਕਸ਼ਨ ਹੋਣ ਤੋਂ ਬਾਅਦ ਵੀ ਮੈਨੂੰ ਕਈ ਫੋਨ ਕਰਦੇ ਸੀ ਵੀ ਹੁਣ ਅਸੀਂ ਕੀ ਕਰੀਏ, ਵੀ ਆਰ ਫੀਲਿੰਗ ਵਿਹਲੇ ਫੀਲ ਕਰ ਰਹੇ ਹਾਂ ਅਸੀਂ ਥੋੜ੍ਹੇ ਜਿਹੇ, ਚਲੋ ਡੋਰ ਨਾਕਿੰਗ ਚੱਲੀ ਹੈ। ਮੈਂ ਕਿਹਾ ਆਪਾਂ ਹੁਣ ਜਾਇਆ ਕਰਾਂਗੇ ਸਮਝ ਦੇ ਵਿੱਚ। ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਹਾਡੀ ਰਾਈਡਿੰਗ ਦੇ ਲੋਕਾਂ ਨੇ ਆਪਣਾ ਕੰਮ ਜਿਹੜਾ ਉਹ ਜੋ ਕਰਨਾ ਸੀ ਉਹਨਾਂ ਨੇ ਕਰਤਾ, ਹੁਣ ਤੁਹਾਡਾ ਕੰਮ ਸ਼ੁਰੂ ਹੋ ਗਿਆ? ਹਾਂਜੀ ਜ਼ਰੂਰ, ਸਾਡਾ ਕੰਮ ਸ਼ੁਰੂ ਹੋਇਆ ਹੋਇਆ ਵਾ, ਐਂਡ ਦੈਟਸ ਦ ਰੀਜ਼ਨ ਪਾਰਲੀਮੈਂਟ ਵੀ ਯੂ ਨੋ ਜੈਨੂਅਰੀ ਦੇ ਨਾਲ ਰੀਕਨਵੀਨ ਹੋਣ ਨਾਲ ਉਹਨਾਂ ਨੇ ਅਰਲੀ ਰੀਕਨਵੀਨ ਕੀਤਾ, ਕਿਉਂਕਿ ਬਹੁਤ ਤਰ੍ਹਾਂ ਦੇ ਮਸਲੇ ਸੀਗੇ ਜਿਹੜੇ ਯੂ ਨੋ ਇਮੀਡੀਏਟ ਇੰਟੈਂਸ਼ਨ ਜਿਹਨਾਂ ਨੂੰ ਚਾਹੀਦੀ ਸੀਗੀ, ਅਤੇ ਇੰਟਰਨੈਸ਼ਨਲ ਵੀ ਬਹੁਤ ਅਫੇਅਰ ਸੀਗੇ ਜਿਹਨਾਂ ਲਈ ਯੂ ਨੋ ਵੀ ਹੈਡ ਟੂ ਮੇਕ ਅ ਡਿਸੀਜਨ ਰਾਈਟ ਦੈਨ ਐਂਡ ਦੇਅਰ। ਅੱਛਾ ਰੂਬੀ ਜੀ, ਚੋਣ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਸਹੁੰ ਚੱਕ ਜਦੋਂ ਗਏ ਉੱਥੇ ਪਾਰਲੀਮੈਂਟ ਦੇ ਵਿੱਚ ਗਏ, ਤੁਹਾਡੇ ਨਾਲ ਬਹੁਤ ਸਾਰੇ ਸਪੋਰਟਰ ਤੁਹਾਡੇ ਫੈਮਿਲੀ ਮੈਂਬਰਸ ਹੋਰ ਗਏ, ਉਸ ਦਿਨ ਕਿਹੋ ਜਿਹਾ ਲੱਗਿਆ ਤੁਹਾਨੂੰ ਜਿਸ ਦਿਨ ਤੁਸੀਂ ਸਹੁੰ ਚੱਕੀ ਜਾ ਕੇ ਰਜਿਸਟਰ 'ਤੇ ਸਾਈਨ ਕਰਨੇ ਨੇ? ਬੜੀ ਵੱਡੀ ਜ਼ਿੰਮੇਵਾਰੀ ਆ ਪਈ, ਕੀ ਮਹਿਸੂਸ ਕੀਤਾ ਉਸ ਦਿਨ? ਹਾਂਜੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਰਿਸਪੋਂਸਿਬਿਲਿਟੀ ਵੀ ਤੁਸੀਂ ਬਹੁਤ ਫੀਲ ਕਰਦੇ ਹੋ, ਹੰਬਲਡ ਫੀਲ ਕਰ ਰਹੇ ਹੋ ਵੀ ਇੰਨੇ ਜਾਣੇ ਇੰਨੇ ਲੋਕ ਤੁਰ ਕੇ ਆਏ ਨੇ। ਯੂ ਨੋ ਮੈਂ ਤਾਂ ਸੋਚ ਰਹੀ ਸੀ ਵੀ ਸ਼ਾਇਦ ਯੂ ਨੋ ਥੋੜ੍ਹੇ ਮੋਟੇ ਫੈਮਲੀ ਕੁਛ ਕੋਰ ਗਰੁੱਪ ਜਾਊਗਾ, ਪਰ ਬਹੁਤ ਫੋਨ ਆਏ ਕਹਿੰਦੇ ਅਸੀਂ ਦੇਖਣਾ ਚਾਹੁੰਦੇ ਹਾਂ, ਜਾਣਾ ਚਾਹੁੰਦੇ ਹਾਂ। ਇਟਸ ਅ ਵੈਰੀ ਪ੍ਰਾਊਡ ਮੂਮੈਂਟ ਫਾਰ ਅਸ ਟੂ ਟੂ ਸੀ ਯੂ ਗੈਟ ਸਵੋਰਨ ਇਨ, ਸੋ ਯੂ ਨੋ ਇਟ ਵਾਜ਼ ਅ ਵੈਰੀ ਹੈਪੀ ਮੂਮੈਂਟ। ਐਂਡ ਆਈ ਥਿੰਕ ਸਿਕਿਉਰਿਟੀ ਵਾਲੇ ਵੀ ਪਾਰਲੀਮੈਂਟ ਹਿਲ 'ਚ ਥੋੜ੍ਹੇ ਜਿਹੇ ਹੈਰਾਨ ਹੋ ਗਏ ਸੀ ਦੇਖ ਕੇ ਵੀ ਇੰਨੇ ਲੋਕ ਆਏ ਨੇ। ਹਾਂਜੀ ਹਾਂ, ਇੰਨੇ ਤੁਹਾਡੇ ਨਾਲ ਜਿੰਨੇ ਬੰਦੇ ਆਏ ਸਾਰੇ ਤਕਰੀਬਨ ਜਿਨ੍ਹਾਂ ਸਪੋਰਟ ਕੀਤੀ ਸਾਰੇ ਤੁਹਾਡੇ ਨਾਲ ਪਹੁੰਚੇ ਉੱਥੇ? ਹਾਂਜੀ, ਬਹੁਤ ਪਹੁੰਚ ਵੀ ਨਹੀਂ ਸਕੇ ਕਿਉਂਕਿ ਇੰਨਾ ਲੋਕਾਂ ਨੂੰ ਕੋਮਨੇਟ ਕਰਨਾ ਵੀ ਮੁਸ਼ਕਲ ਹੈ। ਆਈ ਥਿੰਕ ਸ਼ਾਇਦ ਡਬਲ ਵੀ ਆ ਸਕਦੇ ਸੀ, ਪਰ ਫਿਰ ਵੀ ਬਹੁਤ ਗਏ ਨੇ, ਅਤੇ ਜਿੰਨੀ ਵੀ ਟੀਮ ਸੀਗੀ ਆਪਣੇ ਪੀਲ ਏਰੀਆ ਦੀ, ਆਈ ਥਿੰਕ ਸਾਰੇ ਹੀ ਇੱਦਾਂ ਬੱਸਿਸ ਭਰ ਕੇ ਲੈ ਕੇ ਗਏ ਸੀ। ਰੂਬੀ ਜੀ, ਤੁਹਾਨੂੰ ਮੈਂ ਬਚਪਨ ਤੋਂ ਦੇਖਦਾ ਆਇਆ, ਤੁਸੀਂ ਜਿਵੇਂ ਆਪਾਂ ਦੇ ਗੁਰਦੁਆਰਿਆਂ ਦੇ ਵਿੱਚ ਵੀ ਸਕੂਲ ਟਾਈਮ ਤੋਂ ਯੂਨੀਵਰਸਿਟੀ ਤੱਕ ਤੁਸੀਂ ਬੜੀਆਂ ਸਪੀਚਾਂ ਦਿੱਤੀਆਂ, ਬੜੇ ਐਕਟਿਵ ਰਹੇ ਲਾ ਕਰਨ ਵੇਲੇ ਤੱਕ ਤੁਸੀਂ, ਉਸ ਤੋਂ ਬਾਅਦ ਕੋਰਟ ਦੇ ਵਿੱਚ ਤੁਸੀਂ ਜਾਂਦੇ ਰਹੇ ਹੋ, ਅਤੇ ਜਦੋਂ ਤੁਸੀਂ ਥੋਰਨ ਸਪੀਚ ਦੇ ਬਾਅਦ ਉੱਥੇ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ ਬੋਲੇ, ਕੀ ਡਿਫਰੈਂਸ ਲੱਗਿਆ ਤੁਹਾਨੂੰ ਉੱਥੇ ਦਾ? ਇਟ ਵਾਜ਼ ਅ ਬਿਗ ਆਨਰ, ਬਹੁਤ ਵੱਡਾ ਆਨਰ ਸੀਗਾ, ਕਿਉਂਕਿ ਮੈਂ ਪਹਿਲੇ ਦਿਨ ਚੁਣੀ ਗਈ ਸੀ ਬੋਲਣ ਲਈ, ਐਂਡ ਆਈ ਹੈਵ ਟੂ ਐਡਮਿਟ ਆਈ ਵਾਜ਼ ਡੈਫੀਨੇਟਲੀ ਨਰਵਸ,
ਕਿਉਂਕਿ ਭਾਵੇਂ ਕੋਰਟ ਰੂਮ ਐਕਸਪੀਰੀਅੰਸ ਮੈਨੂੰ ਹੋਰ ਵੀ ਕਹਿ ਰਹੇ ਸੀ ਨੋ ਯੂ ਕਾਟ ਲੋਟਸ ਕੋਰਟ ਰੂਮ ਐਕਸਪੀਰੀਅੰਸ ਇਟਸ ਓਕੇ ਪਰ ਜਿਹੜੇ ਰੂਲਸ ਪਾਰਲੀਮੈਂਟ ਦੇ ਹੁੰਦੇ ਨੇ ਉਹ ਥੋੜ੍ਹੇ ਜਿਹੇ ਡਿਫਰੈਂਟ ਹੁੰਦੇ ਨੇ ਦੇਰ ਇਜ਼ ਡਿਫਰੈਂਟ ਪ੍ਰੋਸੀਜਰ ਉਹ ਸਾਰਾ ਹਮ ਨਾਲ ਦੀ ਨਾਲ ਅਸੀਂ ਸਿੱਖ ਰਹੇ ਹਾਂ ਬਹੁਤ ਚੀਜ਼ਾਂ ਉੱਥੇ ਪਰ ਔਨ ਦ ਫਸਟ ਡੇ ਯੂ ਡੈਫੀਨਟਲੀ ਡੋਂਟ ਵਾਂਟ ਟੂ ਮੇਕ ਐਨੀ ਮਿਸਟੇਕਸ ਸੋ ਯੂ ਫੀਲ ਅ ਲਿਟਲ ਬਿਟ ਨਰਵਸ ਪਰ ਸਭ ਤੋਂ ਵੱਡਾ ਆਨਰ ਵੀ ਸੀਗਾ ਕਿਉਂਕਿ ਉਸ ਦਿਨ ਪ੍ਰਾਈਮ ਮਿਨਿਸਟਰ ਵੀ ਹਾਊਸ ਦੇ ਵਿੱਚ ਬੈਠਾ ਸੀਗਾ ਐਂਡ ਸਾਰੇ ਆਪੋਜੀਸ਼ਨ ਐਵਰੀਬਡੀ ਵਾਜ਼ ਦੇਅਰ ਔਰ ਤੁਹਾਨੂੰ ਸਾਰਾ ਕੈਨੇਡਾ ਵੇਖ ਰਿਹਾ ਸੀ ਟੀਵੀ ਤੇ ਜੀ ਇਟ ਵਾਜ਼ ਅ ਬਿਜ਼ੀ ਡੇ ਇਵਨ ਪੀਪਲ ਵਰ ਵਾਚਿੰਗ ਐਟ ਹੋਮ ਸੋ ਯਾ ਇਟ ਵਾਜ਼ ਅ ਗ੍ਰੇਟ ਆਨਰ ਤੇ ਮੈਨੂੰ ਬਹੁਤ ਚੰਗਾ ਫੀਲ ਕੀਤਾ ਕਿਉਂਕਿ ਮੈਂ ਹਰੇਕ ਦਿਸ਼ੇ ਹਰੇਕ ਟੋਪਿਕ ਤੇ ਮੈਂ ਐਡਰੈਸ ਕਰ ਸਕੀ ਸੀਗੀ ਜਿਹੜਾ ਵੀ ਕੁਛ ਥਰੋਨ ਸਪੀਚ ਦੇ ਵਿੱਚ ਐਡਰੈਸ ਹੋਇਆ ਉਹਦੇ ਤੇ ਮੈਂ ਕਮੈਂਟ ਦੇ ਸਕੀ ਆਪਣੀ ਰਾਈਡਿੰਗ ਬਾਰੇ ਵੀ ਬੋਲਿਆ ਵੀ ਯੂ ਨੋ ਸਾਡੀ ਰਾਈਡਿੰਗ ਦੇ ਵਿੱਚ ਕੌਣ ਕੌਣ ਰਹਿੰਦੇ ਨੇ ਕੀ ਲੋੜਾਂ ਨੇ ਸੋ ਬਹੁਤ ਵਧੀਆ ਪਲੈਟਫਾਰਮ ਮਿਲਿਆ ਸੀਗਾ ਮੈਨੂੰ ਜਿਹਦੇ ਤੇ ਮੈਂ ਆਪਣੇ ਰਾਈਡਿੰਗ ਨੂੰ ਵੀ ਹਾਈਲਾਈਟ ਕਰ ਸਕੀ ਆਪਣੇ ਸਿਟੀ ਨੂੰ ਹਾਈਲਾਈਟ ਕਰ ਸਕੀ ਅਤੇ ਬਾਕੀ ਜਿਹੜੀਆਂ ਲਿਬਰਲ ਪਾਰਟੀ ਦੀਆਂ ਪ੍ਰੋਮਿਸਿਸ ਨੇ ਉਹਦੇ 'ਤੇ ਥੋੜ੍ਹਾ ਜਿਹਾ ਧਿਆਨ ਦੇ ਸਕੀ ਜੀ ਰੂਬੀ ਜੀ ਆਪਣੇ ਗੱਲਾਂ ਬਾਤਾਂ ਜੀ ਹੋਰ ਵੀ ਨੇ ਅਤੇ ਤੁਸੀਂ ਪਾਰਲੀਮੈਂਟ ਦੇ ਵਿੱਚ ਜਿਹੜਾ ਪਹਿਲੇ ਸੈਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਪਰ ਆਪਾਂ ਗੱਲਾਂ ਕਰਦੇ ਹਾਂ ਬਾਅਦ ਦੇ ਵਿੱਚ ਉਸ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਅਸੀਂ ਹੁਣੇ ਗਏ ਅਤੇ ਹੁਣੇ ਵਾਪਸ ਆਏ ਤੁਸੀਂ ਕਿੱਥੇ ਨਹੀਂ ਜਾਣਾ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀ ਸੇਵਾ 'ਚ ਫਿਰ ਹਾਜ਼ਰਾਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੇ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਰੂਬੀ ਸੋਤਾ ਜੀ ਨਾਲ ਰੂਬੀ ਜੀ ਸੈਸ਼ਨ ਭਾਵੇਂ ਥੋੜ੍ਹੇ ਦਿਨ ਚੱਲਿਆ ਮੈਨੂੰ ਵੀ ਉਸਦੇ ਸਮੇਂ ਦੌਰਾਨ ਜਾਣ ਦਾ ਮੌਕਾ ਮਿਲਿਆ ਪਰ ਤੁਸੀਂ ਇੰਨੀ ਜਲਦੀ ਜਾ ਕੇ ਜਿੰਨੇ ਵੀ ਦੂਜੀਆਂ ਕਮਿਊਨਿਟੀਆਂ ਜਿਹੜੇ ਐਮ ਪੀ ਸਾਡੇ ਚੁਣ ਕੇ ਆਏ ਨੇ ਤੁਸੀਂ ਉਹਨਾਂ ਨਾਲ ਜਿਹੜਾ ਮੇਲ ਜੋਲ ਤਾਲਮੇਲ ਉਹ ਰੱਖਿਆ ਬੜਾ ਮਤਲਬ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਉਹ ਕਿਵੇਂ ਕੀਤਾ ਇੱਕ ਦੂਜੇ ਨਾਲ ਜਿਹੜੇ ਦੂਸਰੇ ਬੈਸਟ ਤੋਂ ਵੀ ਆਏ ਐਮ ਪੀ ਸਾਡੇ ਮੈਂ ਦੇਖ ਰਿਹਾ ਸੀ ਕਿ ਸਾਰਿਆਂ ਨੇ ਤੁਹਾਨੂੰ ਇੱਕ ਦੂਜੇ ਨਾਲ ਵਾਕਫੀਅਤ ਹੋਣੀ ਪਹਿਲਾਂ ਤਾਂ ਕਈ ਵਾਰੀ ਬਹੁਤ ਚਿਰ ਪਤਾ ਨਹੀਂ ਚੱਲਦਾ ਪਰ ਤੁਸੀਂ ਬੜਾ ਜਿਹੜਾ ਕਮਿਊਨੀਕੇਸ਼ਨ ਥੋੜ੍ਹਾ ਇੱਕ ਦੂਜੇ ਨਾਲ ਮੈਨੂੰ ਵਧੀਆ ਲੱਗਿਆ ਉਹ ਕਿਵੇਂ ਕੀਤਾ ਇਸ ਨਾਲ ਵੈਲ ਆਈ ਐਮ ਅ ਸੋਸ਼ਲ ਪਰਸਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਮੈਂ ਬਹੁਤ ਚਿਰ ਐਕਟਿਵ ਵੀ ਰਹੀ ਹਾਂ ਸੋ ਆਈ ਥਿੰਕ ਇੱਕ ਜੋ ਪੋਲੀਟੀਸ਼ੀਅਨ ਜਿਹਨੂੰ ਕਿਹਾ ਜਾਂਦਾ ਆਈ ਡੋਂਟ ਰੀਲੀ ਲਾਈਕ ਦੈਟ ਟਰਮ ਪਰ You know, you should be able to communicate with people and build relationships. So, akhir de vich ehi ta saadi job hai, tusi community de naal relationship build karde ho. Unna diyan lodaan te needs samajh hunde te thode colleagues vi same hi ne. You need to make sure vi jehdi tusi relationships parliament hill te vi banaunde ho. Vi vadhiya tarike naal harek de naal tusi vadhiya relationships banao. Kyunki ek dooje naal hi tusi kam karna hunda. That's how we'll be able to deliver our promises to our community. Je assi ek dooje ਨਾਲ ਵਧੀਆ ਤਰੀਕੇ ਨਾਲ ਰਹਿਵਾਂਗੇ ਅਤੇ ਕੰਮ ਕਰਾਂਗੇ ਰੂਬੀ ਜੀ ਮੈਨੂੰ ਪਤਾ ਚੱਲਿਆ ਮੈਂ ਸੁਣਿਆ ਇਹ ਗੱਲ ਕਿ ਕਈ ਵਾਰੀ ਤੁਸੀਂ ਚੋਣ ਦੇ ਵਿੱਚ ਆਉਣ ਤੋਂ ਪਹਿਲਾਂ ਕਈ ਵਾਰੀ ਇਲੈਕਸ਼ਨ ਲੜਨ ਤੋਂ ਪਹਿਲਾਂ ਕਈ ਵਾਰੀ ਮਨ ਸੋਚ ਲੈਂਦੇ ਕਿ ਬੇਟਾ ਥੋੜ੍ਹਾ ਛੋਟਾ ਅਤੇ ਤੁਸੀਂ ਚਾਹੁੰਦੇ ਕਿ ਥੋੜ੍ਹਾ ਹੋਰ ਵੱਡਾ ਹੋ ਜਾਵੇ ਅਤੇ ਮੈਂ ਤਾਂ ਕਿ ਮੇਰੀਆਂ ਜ਼ਿੰਮੇਵਾਰੀਆਂ ਉੱਧਰੋਂ ਘਟਣ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਯੂਨੀਵਰਸਿਟੀ ਜਾਂਦੇ ਨੇ ਅਤੇ ਪਰ ਤੁਸੀਂ ਉਸ ਸਮੇਂ ਤੋਂ ਪਹਿਲਾਂ ਤੁਸੀਂ ਇਹ ਚੋਣ ਬੱਚਾ ਛੋਟਾ ਸੀ ਹੁਣ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਆਪਣੇ ਇਲਾਜ ਨੇ ਤੁਹਾਡਾ ਜਿਹੜੇ ਬੇਟਾ ਉਹ ਵੀ ਛੋਟਾ ਕੋਈ ਉਹਦੇ 'ਤੇ ਜ਼ਿੰਮੇਵਾਰੀਆਂ ਘਟੀਆਂ ਤਾਂ ਨਹੀਂ ਦੇਖੋ ਹੁਣ ਆ ਛੁੱਟੀ ਦੇ ਵਿੱਚ ਮੈਂ ਬਹੁਤ ਟਾਈਮ ਸਪੈਂਡ ਕਰ ਰਹੀ ਹਾਂ ਆਪਣੇ ਬੇਟੇ ਦੇ ਨਾਲ ਅਤੇ ਉਹ ਨਵੇਂ ਸਕੂਲ ਦੇ ਵਿੱਚ ਵੀ ਲਾ ਰਹੀ ਹਾਂ ਜਦੋਂ ਮੈਂ 2 ਹਫ਼ਤੇ ਉੱਥੇ ਗਈ ਵੀ ਸੀ ਉਹ ਸਾਡਾ ਜਿਹੜਾ ਟੈਂਪਰੇਰੀ ਬਿਗਿਨਿੰਗ ਸੀਗਾ ਉੱਥੇ ਦਾ ਫਸਟ ਵੀਕ ਫਿਊ ਵੀਕਸ ਜਦ ਸੈਸ਼ਨ ਚੱਲਿਆ ਸੀਗਾ ਮੇਰਾ ਬੇਟਾ ਉੱਥੇ ਆਇਆ ਵੀ ਵਿਜ਼ਿਟ ਕਰਨ ਸੀ 2-3 ਵਾਰ ਸੋ ਅਸੀਂ ਇੱਦਾਂ ਹੀ ਮੈਨੇਜ ਕਰ ਰਹੇ ਹਾਂ ਜੁਆਇੰਟ ਫੈਮਿਲੀ ਦੇ ਵਿੱਚ ਬਹੁਤ ਸਪੋਰਟ ਹੁੰਦੀ ਆ ਸਾਰਿਆਂ ਦੀ ਇੱਕ ਦੂਜੇ ਦੀ ਐਂਡ ਮਾਈ ਹਸਬੈਂਡ ਇੰਜੋਇਜ਼ ਆਟਾਵਾ ਐਜ਼ ਵੈਲ ਸੋ ਉਹਨਾਂ ਦਾ ਵੈਸੇ ਇੱਥੇ ਪ੍ਰੈਕਟਿਸ ਹੈਗਾ ਆ ਪਰ ਵਿਲ ਬੀ ਗੋਇੰਗ ਬੈਕ ਐਂਡ ਫੋਰਥ ਐਜ਼ ਮਚ ਐਜ਼ ਪੋਸੀਬਲ ਐਂਡ ਆਈ ਥਿੰਕ ਇਹਦੇ ਮੇਰੇ ਬੇਟੇ ਲਈ ਵੀ ਇੱਕ ਚੰਗੀ ਐਕਸਪੀਰੀਅੰਸ ਆ ਯੂ ਨੋ ਹੀ ਇਜ਼ ਗੋਇੰਗ ਟੂ ਬੀ ਏਬਲ ਟੂ ਸੀ ਇੱਕ ਵਧੀਆ ਓਪਰਚੁਨਿਟੀ ਆ ਅੱਜ ਤੁਸੀਂ ਇਲੈਕਸ਼ਨ ਲੜੀ ਬਹੁਤ ਸਾਰੇ ਵਾਅਦੇ ਕੀਤੇ ਖਾਸ ਤੌਰ 'ਤੇ ਆਪਣੀ ਕਮਿਊਨਿਟੀ ਲਈ ਇਮੀਗ੍ਰੇਸ਼ਨ ਬਹੁਤ ਵੱਡਾ ਮਸਲਾ ਹੁੰਦਾ ਜੋ ਜਿੰਨੇ ਕੁ ਇਮੀਗ੍ਰੇਸ਼ਨ ਦੇ ਬਾਰੇ ਤੁਸੀਂ ਵਾਅਦੇ ਕੀਤੇ ਤੁਹਾਡੀ ਪਾਰਟੀ ਵੱਲੋਂ ਅਤੇ ਹੁਣ ਜਸਟਿਨ ਟਰੂਡੋ ਦੀ ਅਗਵਾਈ ਹੇਠ ਸਰਕਾਰ ਬਣੀ ਆ ਕੀ ਤੁਸੀਂ ਲੋਕਾਂ ਨੂੰ ਕੀ ਵਿਸ਼ਵਾਸ ਦਵਾ ਸਕਦੇ ਹੋ ਕਿ ਉਹਨਾਂ ਵਾਅਦਿਆਂ 'ਤੇ ਪੂਰਾ ਉਤਰੋਗੇ ਤੁਸੀਂ ਕੀ ਕਰੋਗੇ ਦੇਖੋ ਜਦ ਨਵਾਂ ਬਜਟ ਪੇਸ਼ ਆਊਗਾ ਉਸ ਟਾਈਮ 'ਤੇ ਜਿਹੜੀ ਕੁਛ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਸੀ ਡਬਲਿੰਗ ਆਫ ਪੇਰੈਂਟ ਸਪੋਂਸਰਸ਼ਿਪ ਡਬਲਿੰਗ ਆਫ ਦ ਬਜਟ ਫਰ CIC ਸੋ ਅਸੀਂ ਹੋਰ ਕੇਸ ਵਰਕਰਸ ਹਾਇਰ ਕਰਾਂਗੇ ਉਹ ਨਵੇਂ ਬਜਟ 'ਚ ਨਵੇਂ ਸਪਰਿੰਗ ਦੇ ਵਿੱਚ ਇਨ ਦ ਨਿਊ ਈਅਰ ਵਿਲ ਬੀ ਡੂਇੰਗ ਦੈਟ ਐਂਡ ਨਾਲ ਦੀ ਨਾਲ ਪ੍ਰੋਮਿਸਿਸ ਵੀ ਅਸੀਂ ਸਾਰੀਆਂ ਉਹ ਪੂਰੀਆਂ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਜਿਹੜੀਆਂ ਕੁਛ ਪ੍ਰਾਇਓਰਟੀ ਪ੍ਰੋਮਿਸ ਸੀਗੀਆਂ ਉਹ ਆਲਰੇਡੀ ਅਸੀਂ ਕਰ ਰਹੇ ਹਾਂ ਐਂਡ
we're getting a very good response. People are amazed that you know, we haven't waited years. Tax da jehda hega ha middle class layi tusi tax di gal kiti hai middle class layi tusi jehdiyan tax diyan short de ja rahe ho todi riding ch kinne ke lokan nu oda fayda hoga. Dekho, I think many people in my riding might not even be aware, but jab tusi math karde ho, when you look at the, you know, statistics, majority of my riding will benefit from this. So I think they'll be pleasantly surprised next tax period jab unna nu relief miluga middle class tax kata jada kafi unna nu us de nal fayda hona. Haan ji, of course. Tusi Brampton shehar ch reh rahe ho, Brampton diyan paave thode federal naal eh cheezan नहीं उन्हां दे अंडर आउंदियां, जिस तरह साढ़े हस्पताल की घाट है, यूनिवर्सिटी की घाट है, सड़कां दे भी काफ़ी जिहड़ियां मुश्किलां आ रहियां, तुसीं दूजियां जिहड़ियां प्रोविंस दे नाल सिटी दे नाल मिल के इन्हां वल किन्ना कु तुसीं थोड़े मन च है कि की करोगे तुसीं इहदे लई? हाँ जी, देखो जदों तो इलैक्शन हुई है उस तो पहलां भी मेरा यही मकसद सेगा भी मैं चंगे रिलेशनशिप्स बनावा हर एक लेवल ते. सो जदों दी इलेक्शन हुई भी है मैं कई मीटिंग्स रखी ने अपने ब्रैम्पटन सिटी हॉल दे विच भी मेयर दे नाल सिटी काउंसलर्स दे नाल ते अपने प्रोविंशियल जेडे काउंटरपार्ट्स एमपीपीज ने उन्हां दे नाल भी रखी ने. एंड जस्ट सो आई कैन ट्राई टू लर्न भी उन्हां दी की लोड़ा ने की चाहिदा है उन्हां नू. असीं बहुत वड्डा इंफ्रास्ट्रक्चर दा प्रोमिस कीता हैगा आ. आई नीड टू मेक श्योर भी जिहड़ी अपनी सिटी आ उहनू अपना फेयर शेयर मिले, क्योंकि अपने बहुत कम ने अपनी city grow both jyada ho rahi hai, and that's what the city of Brampton needs as well. They need support, they need help. So jinne ta jinne assi fund le aa sakiye assi ikatthe ral ke, you know, we need to make sure bhi Brampton nu apda fair share mile, transit da bhi, the infrastructure, roads da, and community centers, all of that, you know, the money needs to be provided. Health da bhi jehdi tusi gal kar rahe ho oh vi throne speech de vich, you know, we outlined that jehda tax ਜਿਹੜਾ ਹੈਲਥ ਕ੍ਰੈਡਿਟ ਜਾਂਦਾ ਹੁੰਦਾ ਸੀਗਾ ਪ੍ਰੋਵਿੰਸਿਸ ਨੂੰ, ਉਹ ਅਸੀਂ ਦੁਬਾਰਾ ਸ਼ੁਰੂ ਕਰਾਂਗੇ. ਦੈਟਸ ਸਮਥਿੰਗ ਵੀ ਟਾਕਡ ਅਬਾਊਟ ਇਨ ਦੀ ਇਲੈਕਸ਼ਨ ਐਜ਼ ਵੈਲ. ਸੋ ਇਹਦੇ ਨਾਲ ਹੈਲਥ ਕੇਅਰ ਸਿਸਟਮ ਨੂੰ ਵੀ ਫਾਇਦਾ ਹੋਊਗਾ. ਆਫਟਰ ਆਲ ਅਸੀਂ ਟੈਕਸਿਸ ਫੈਡਰਲ ਲੈਵਲ 'ਤੇ ਸਭ ਤੋਂ ਵੱਧ ਕਲੈਕਟ ਕਰਦੇ ਹਾਂ, ਸਾਡਾ ਫਰਜ਼ ਬਣਦਾ ਆ ਵੀ ਅਸੀਂ ਸਿਟੀਜ਼ ਦੀਆਂ ਅਤੇ ਪ੍ਰੋਵਿੰਸਿਸ ਦੀਆਂ ਲੋੜਾਂ ਸਮਝੀਏ ਅਤੇ ਪ੍ਰੋਪਰ ਜਗ੍ਹਾ 'ਤੇ ਇਨਵੈਸਟਮੈਂਟ ਕਰੀਏ ਪ੍ਰੋਪਰ ਟਾਈਮ 'ਤੇ. So that's another thing that Justin Trudeau, you know, our prime minister is doing as well. Oh, regularly hon meet kar reha va, agge apa sunde vi nahi si kade bhi prime minister premiers de naal meet kar reha ja ikatthe conference te ja rahe ne, you know, and now they are sharing ideas and finding out ki ohna nu chahida ki nahi, and that's how we're going to make sure bhi jehda paise ne proper jagah te proper time te milan. You know, and that's how we'll move ahead and have a good future for our children. ਅਤੇ ਆਪਣੀ ਰਾਈਡਿੰਗ ਤੁਸੀਂ ਫਸਟ ਪ੍ਰੈਫਰੈਂਸ ਕਿਹੜੇ ਕੰਮ ਦਿਓਗੇ ਤੁਹਾਡੀ ਰਾਈਡਿੰਗ, ਕਿਉਂਕਿ ਰਾਈਡਿੰਗ ਬਾਰੇ ਤੁਸੀਂ ਸਭ ਤੋਂ ਵੱਧ ਜਾਣਦੇ ਹੋ. ਹਾਂਜੀ, ਕਿਹੜੀ ਲੋੜ ਤੁਹਾਡੇ ਰਾਈਡਿੰਗ ਦੇ ਲੋਕਾਂ ਨੂੰ ਸਭ ਤੋਂ ਵੱਡੀ ਹੈ? ਦੇਖੋ, ਇਸ ਜੋਬ ਦੇ ਵਿੱਚ ਮੈਨੂੰ ਫੀਲ ਹੁੰਦਾ ਆ ਕਿ ਡਿਮਾਂਡ ਤਾਂ ਸਾਰਾ ਮੋਸਟਲੀ ਇਮੀਗ੍ਰੇਸ਼ਨ ਦਾ ਹੀ ਪੈ ਰਿਹਾ ਇਸ ਟਾਈਮ 'ਤੇ. ਜਿਹੜੀ ਵੀ ਕੋਈ, ਯੂ ਨੋ, 90% ਆਫ ਦਾ ਕਾਲਸ ਆਈ ਗੈਟ are about immigration. Koi na koi call different hundi ya. But I truly feel the infrastructure is very important for apne shadli ve apa sochiye bhi kaha je university bhi apan chahidi ya, you know, so that university bahar ja ke university padhe ho kyunki apne shahar de vich university nahi thi. So main McMaster University padhi ha te us to baad main us to bhi dur, you know, I went to America for law school, so I understand also bhi jehda student da kharcha hunda, debt hunda je thonu international ਚਲ ਜਾਣਾ ਪੈ ਜਾਵੇ, ਇਟਸ ਵੈਰੀ ਹਾਰਡ ਟੂ ਅਰੋਨ ਪੇਰੈਂਟਸ ਤੋਂ ਵੀ ਦੂਰ ਜਾ ਕੇ ਪੜਨਾ ਪੈਂਦਾ ਰਹਿ ਕੇ. ਐਂਡ ਇੱਥੇ ਵੀ ਤੁਹਾਨੂੰ ਕਈ ਪੇਰੈਂਟਸ ਕਹਿੰਦੇ ਆ ਵੀ ਉਹਨਾਂ ਨੂੰ ਬੱਚਿਆਂ ਨੂੰ, ਯੂ ਨੋ, ਜੇ ਉਹ ਦੂਰ ਜਾਂਦੇ ਆ ਉਹਨਾਂ ਨੂੰ ਅਕੋਮੋਡੇਸ਼ਨ ਦੀ ਵੀ ਐਕਸਪੈਂਸ ਪੈਂਦੀ ਆ, ਐਂਡ ਇਟਸ ਹਾਰਡਰ ਫਾਰ ਦ ਪੇਰੈਂਟਸ. ਸੋ, ਯੂ ਨੋ, ਵੀ ਨੀਡ ਦੋਜ਼ ਫੈਸਿਲਿਟੀਜ਼, ਪਰ ਆਪਾਂ ਨੂੰ ਸੋਚਣ ਦਾ ਟਾਈਮ ਹੁਣ ਹੈਗਾ ਆ. ਵੀ ਨੀਡ ਟੂ ਥਿੰਕ ਨਾਓ ਅਬਾਊਟ ਵੇਅਰ ਵੀ ਆਰ ਗੋਇੰਗ ਟੂ ਡਿਵੈਲਪ ਦੀਸ ਥਿੰਗਸ ਐਂਡ ਪੁੱਟ ਦ ਮਨੀ ਇਨ ਦ ਰਾਈਟ ਪਲੇਸ. ਜਿਵੇਂ ਹੁਣ ਟ੍ਰਾਂਜ਼ਿਟ ਦੀ ਮਸਲਾ ਸੀਗਾ ਆਪਣੇ ਸਿਟੀ ਦੇ ਵਿੱਚ, ਰਾਈਟ? ਚਲੋ, ਵੋਟ wasn't what city. I thought it was going to be, but city ne apna decision banaya, and there's going to be many other plans in the future jithe assi hissa pona chahunde and make sure apan develop kariye apni transit nu te, you know, apne roads nu, systems nu. That's going to be the future for us, and making sure that we get more businesses into our community. I think that's what we need to work on. Je apa rakhde apni gal baat jari, par us to pehla lene assi ik break. ਬ੍ਰੇਕ ਤੋਂ ਬਾਅਦ ਅਸੀਂ ਆਪਣੀ ਗੱਲਬਾਤ ਨੂੰ ਰੂਬੀ ਸੋਤਾ ਜੀ ਨਾਲ ਜਾਰੀ ਰੱਖਦੇ ਹਾਂ. ਰੂਬੀ ਜੀ, ਜਿਹੜੇ ਸੀਰੀਆ ਤੋਂ ਰਿਫਿਊਜੀ ਆਏ ਨੇ, ਹਾਂਜੀ,
ਅਤੇ ਕੀ ਪੁਜੀਸ਼ਨ ਆ ਹੁਣ ਉਹਨਾਂ ਦੀ ਹੁਣ ਤੱਕ, ਕਿਉਂਕਿ ਨਵਾਂ ਸਾਲ ਵੀ ਆਪਣਾ ਚੜ੍ਹ ਚੁੱਕਿਆ, ਅਤੇ ਤੁਹਾਡੀ ਸਰਕਾਰ ਵੱਲੋਂ ਉਹਨਾਂ ਲਈ ਕੀ ਕੁਛ ਉਹਨਾਂ ਲਈ ਰਹਿਣ ਲਈ ਜਾਂ ਉਹਨਾਂ ਦੇ ਬੰਦੋਬਸਤ ਕੀਤੇ ਗਏ ਨੇ? ਹਾਂਜੀ ਦੇਖੋ, ਅਸੀਂ ਇਹ ਵੀ ਅਸੀਂ ਕੋਈ ਵੀ ਸਰਕਾਰ ਕੋਈ ਵੀ ਕੰਮ ਇਕੱਲੇ ਨਹੀਂ ਕਰ ਸਕਦੀ. ਸੋ ਈਵਨ ਦਿਸ ਦ ਪ੍ਰੋਮਿਸ ਜਿਹੜੇ ਫੈਡਰਲ ਲੈਵਲ 'ਤੇ ਸੀਰੀਅਨ ਰੈਫਿਊਜੀਜ਼ ਐਕਸੈਪਟ ਕਰਨ ਦਾ ਮਿਲਿਆ, ਇਹ ਸਾਨੂੰ ਸਪੋਰਟ ਮਿਲ ਰਹੀ ਆ, ਪ੍ਰੋਵਿੰਸ ਤੋਂ ਮਿਲ ਰਹੀ ਆ, ਰੀਜਨਸ ਤੋਂ ਮਿਲ ਰਹੀ ਆ. ਜਿਹੜਾ ਰੀਜਨ ਆਫ ਪੀਲ ਆ, ਯੂਨਾਈਟਡ ਵੇ ਰੀਜਨ ਆਫ ਪੀਲ, ਉਹ ਬਹੁਤ ਸਪੋਰਟ ਕਰ ਰਿਹਾ ਵਾ. ਦੇ ਆਰ ਦ ਵਨਸ ਦੈਟ ਆਰ ਇਨ ਚਾਰਜ ਆਫ ਫਿਗਰਿੰਗ ਆਊਟ ਹਾਊਸਿੰਗ, ਯੂ ਨੋ, ਕਲੈਕਟਿੰਗ ਫੂਡ ਐਂਡ ਕਲੋਥਿੰਗ ਫੋਰ ਦ ਸੀਰੀਅਨ ਰੈਫਿਊਜੀਜ਼, ਐਂਡ ਦੇ ਆਰ ਡੂਇੰਗ ਅ ਰੀਲੀ ਗੁੱਡ ਜੋਬ. ਸੋ ਸਾਡੇ ਪਾਰਟਨਰਸ ਨੇ ਹਰੇਕ ਸਿਟੀਜ਼ ਦੇ ਵਿੱਚ, ਅਤੇ ਜਿਹੜੇ ਫੈਸਿਲਿਟੀਜ਼ ਦਾ ਫੈਡਰਲ ਗਵਰਨਮੈਂਟ ਕੋਲ ਨਹੀਂ ਉਹ ਹੈਗੇ, ਉਹ ਸਿਟੀਜ਼ ਦੇ ਕੋਲ ਸਪੋਰਟ ਕਰ ਰਹੇ ਨੇ. ਹਾਂਜੀ, ਉਹ ਸਪੋਰਟ ਕਰ ਰਹੇ ਨੇ, ਐਂਡ ਦੇ ਆਰ ਡੂਇੰਗ, ਦੇ ਆਰ ਵੈਰੀ ਐਕਸਾਈਟਡ ਅਬਾਊਟ ਇਟ, ਐਕਸਾਈਟਡ ਅਬਾਊਟ ਹੈਲਪਿੰਗ. ਆਈ ਨੋ ਥੋੜ੍ਹੇ ਥੋੜ੍ਹੇ ਮੈਂ ਕਈ ਵਾਰ ਕੰਸਰਨਸ ਕਈਆਂ ਤੋਂ ਸੁਣਦੀ ਹੁੰਦੀ ਹਾਂ ਵੀ 25,000 ਰੈਫਿਊਜੀਜ਼ ਆ ਰਹੇ ਨੇ, ਪਰ ਆਪਾਂ ਵੀ ਬ੍ਰਿੰਗ ਇਨ ਮੋਰ ਦੈਨ 100,000, ਯੂ ਨੋ, ਮੱਚ ਮੱਚ ਹਾਇਰ ਦੈਨ ਦੈਟ ਇਨ ਇਮੀਗ੍ਰੈਂਟਸ ਅ ਈਅਰ ਐਂਡ ਅਦਰ ਰੈਫਿਊਜੀਜ਼. ਸੋ ਇਹ ਆਪਾਂ ਨੂੰ ਆਈ ਡੋਂਟ ਈਵਨ ਥਿੰਕ ਪਤਾ ਵੀ ਚੱਲਣਾ ਹੈ ਲੌਂਗ ਰਨ ਦੇ ਵਿੱਚ, ਐਂਡ ਪਰ ਆਪਾਂ ਨੂੰ ਜਿਹੜੇ ਲਾਈਫਸ 'ਤੇ ਇੰਪੈਕਟ ਕਰ ਰਹੇ ਹਾਂ ਉਹ ਬਹੁਤ ਚੰਗਾ ਇੰਪੈਕਟ ਪੈ ਰਿਹਾ. ਆਪਾਂ ਹੁਣ ਦੇਖ ਵੀ ਰਹੇ ਹਾਂ ਮੀਡੀਆ ਦੇ ਵਿੱਚ ਕਵਰੇਜ ਜਿਹੜੀ ਹੋ ਰਹੀ ਹੈ. ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਆਪਣਾ ਵੀ ਮਿਲਣ ਗਿਆ ਸੀਗਾ ਏਅਰਪੋਰਟ 'ਤੇ, ਆਪਣੀ ਪ੍ਰੀਮੀਅਰ ਵੀ ਗਈ ਸੀਗੀ, ਐਂਡ ਦੇਰ ਇਜ਼ ਗੋਇੰ ਟੂ ਬੀ ਅਦਰ ਮਨੀ ਮਨੀ ਅਦਰ flights coming in where we'll also get a chance to visit and meet these people. And mostly jede aa rahe ne, they're coming out of refugee camps. Unhone kinne saal refugee camps de vich spend kite hage ne, and not necessarily they are very educated at times. Apne changi life shuru kar sakde ne oh itthe te apne bachiyan layi families aa rahiyan ne. Rupi ji, tusi thodi sarkar Justin Trudeau di gal kiti hai, premier di gal kiti hai, apan ne baki sare MP vi badi koshish kar rahe ne. Tusi Sikh dharm ch ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਏ ਹੋ, ਸਿੱਖ ਧਰਮ ਦੇ ਵਿੱਚ ਹਮੇਸ਼ਾ ਜਦੋਂ ਵੀ ਲੋੜਵੰਦਾਂ ਦੀ ਮਦਦ ਕਰਨ ਦਾ ਕੰਮ ਆਉਂਦਾ ਦੁਨੀਆ 'ਚ ਕਿਤੇ ਵੀ, ਹਾਲਾਂਕਿ ਅਸੀਂ ਦੇਖ ਰਹੇ ਤੇ ਸੀਰੀਆ ਦੇ ਵਿੱਚ ਵੀ ਲੰਗਰ ਚਲਾਏ ਗਏ ਨੇ, ਕਿਤੇ ਕੋਈ ਕੋਈ ਭੁਚਾਲ ਆ ਜਾਵੇ, ਜਦੋਂ ਤੋਂ ਵੀ ਕੋਈ ਆਫਤ ਆਉਂਦੀ ਹੈ ਤਾਂ ਸਾਡੇ ਜਿਹੜੀ ਕਮਿਊਨਿਟੀ ਆ ਸਭ ਤੋਂ ਅੱਗੇ ਹੁੰਦੀ ਆ. ਅਤੇ ਤੁਹਾਨੂੰ ਇਹ ਲੱਗ ਨਹੀਂ ਰਿਹਾ ਕਿ ਜਿਹੜੇ ਇੱਥੇ ਰਿਫਿਊਜੀ ਆ ਰਹੇ ਨੇ ਉਹਨਾਂ ਦੇ ਵਿੱਚ ਸਾਡੀ ਕਮਿਊਨਿਟੀ ਉਨਾ ਯੋਗਦਾਨ ਨਹੀਂ ਪਾ ਰਹੀ ਜਿੰਨਾ ਪਾਉਣਾ ਚਾਹੀਦਾ? Hanji, I mean, I don't know coast to coast bhi ki ho rahe va, but in my city of Brampton, main jarur gurpurb wale din vi te hor vi dinan te gurdware gayi ha, te ehi plea kiti hai, ehi plea main ajj vi karungi thode viewers nu bhi, you know, jede sikhi di adharan ya Guru Nanak Dev ji ne jo apan nu hamesha sikhaya vi vand ke shako. And sure, par je Vancouver te dekhi apan utthe 500 ghar jehde ne sade community de lokan ne unna layi bana ke ditte ne. Hanji, ਅਤੇ ਇੱਥੇ ਵੀ ਜਿਹੜਾ ਹੈਗਾ ਤੁਸੀਂ ਹੁਣ ਅਪੀਲ ਕੀਤੀ ਆ, ਅਪੀਲਾਂ ਦੇ ਨਾਲ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜਾਂ ਹੋਰ ਵੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਰਿਫਿਊਜੀ ਆਏ ਨੇ ਅਤੇ ਉਹਨਾਂ ਦੀ ਮਦਦ ਕਰਨ ਲਈ ਕੀ? ਤੁਸੀਂ ਬਹੁਤ ਚੀਜ਼ਾਂ ਨੇ ਜਿਹੜੀਆਂ ਕਰ ਸਕਦੇ ਹੋ. ਤੁਸੀਂ ਪ੍ਰਾਈਵੇਟਲੀ ਸਪੋਂਸਰ ਵੀ ਕਰ ਸਕਦੇ ਹੋ. ਮੋਸਟਲੀ ਜਿਹੜੇ ਅੱਜ ਤੱਕ ਹਜੇ ਸੀਰੀਅਨ ਰੈਫਿਊਜੀਜ਼ ਆਏ ਨੇ ਉਹ ਪ੍ਰਾਈਵੇਟਲੀ ਸਪੋਂਸਰਡ ਨੇ, ਜਾਂ ਜਿਹੜੇ ਕਿਵੇਂ ਕਰ ਸਕਦਾ ਕੋਈ ਪ੍ਰਾਈਵੇਟ ਸਪੋਂਸਰ ਸਾਡੇ ਦਰਸ਼ਕਾਂ ਨੂੰ ਦੱਸੋਗੇ? ਯੂ ਦੋਜ਼ ਡੀਟੇਲਸ ਆਰ ਔਨ ਦ ਵੈਬਸਾਈਟ, ਯੂ ਕੈਨ ਗੋ ਔਨ ਟੂ ਦ ਵੈਬਸਾਈਟ ਐਂਡ ਉੱਥੇ ਹਰੇਕ ਡੀਟੇਲ ਦੇ ਵਿੱਚ ਤੁਸੀਂ ਕਿੱਦਾਂ ਰੀਜਨ ਆਫ ਪੀਲ ਵਾਲੀ 'ਤੇ ਜਾਓਗੇ, ਤੁਸੀਂ ਕਿਸ ਤਰ੍ਹਾਂ ਡੋਨੇਟ ਕਰ ਸਕਦੇ ਹੋ ਪੈਸੇ ਜਾਂ ਫੂਡ ਜਾਂ ਯੂ ਨੋ ਕਲੋਥਿੰਗ, ਉਹੋ ਜਿਹੀਆਂ ਡੀਟੇਲਸ ਨੇ. And the way you can just come out and volunteer. But je tusi privately sponsor kar sakde ha koi family nu, oh fir thonu federal government of Canada di website te jaake thonu sare details milenge how you can do it. And blended sponsorship vi hundi hai, jich half kharcha government da hunda te half private hunda hai. So that also happens, and most of the people that are coming up pre-screen kitte hoye ne privately pehle hi kitte hoye sige, oh hon aa rahe ne, te jehde government sponsored ne oh hun naal di naal aunge, naal di naal aa rahe ne. So it's blended, it's a mix. To sare 25,000 government sponsored nahi hega, it's a mix. ਤੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਤੌਰ ਤੇ ਵੀ ਸਪਾਂਸਰ ਕਰ ਰਹੇ ਨੇ, ਆਪਣੇ ਘਰਾਂ ਦੇ ਵਿੱਚ ਰੱਖ ਰਹੇ ਨੇ. ਬਹੁਤ ਬ੍ਰੈਂਪਟਨ ਦੇ ਵਿੱਚ ਅ ਲੋਟ ਆਫ ਪੀਪਲ ਹੈਵ ਰੀਚਡ ਆਊਟ ਟੂ ਮੀ, ਜਿਹੜੇ ਚਰਚਸ ਨੇ, ਕਈ ਆਰਗੇਨਾਈਜੇਸ਼ਨਸ ਨੇ ਵੀ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ, ਅਸੀਂ ਸਪਾਂਸਰ ਕੀਤੇ ਹੋਏ ਨੇ, ਕਈ ਲੋਕਾਂ ਬਹੁਤ ਲੋਕਾਂ ਨੇ ਆਪਣੇ ਆਪ ਫੈਮਿਲੀ ਸਪਾਂਸਰ ਕੀਤੀਆਂ ਹੋਈਆਂ ਨੇ. ਸੋ ਇਟਸ ਰੀਅਲੀ ਨਾਈਸ ਟੂ ਸੀ, ਐਂਡ ਆਈ ਹੋਪ ਵੀ ਆਪਣੀ ਸਿੱਖ ਕਮਿਊਨਿਟੀ ਵੀ ਹਮੇਸ਼ਾ ਕੋਈ ਨਾ ਕੋਈ ਵਧੀਆ ਕਦਮ ਇਸ ਤਰ੍ਹਾਂ ਚੱਕਦੀ ਹੁੰਦੀ ਆ, ਯੂ ਨੋ, ਇਨ ਆਰਡਰ ਟੂ ਹੈਲਪ ਅਦਰਸ. ਸੋ ਆਈ ਹੋਪ ਜਿਹੜੀ ਆਪਣੀ ਪੀਲ ਦੀ ਸਿੱਖ ਕਮਿਊਨਿਟੀ ਆ ਜਾਂ ਆਨਟੇਰੀਓ ਦੀ ਆ, ਉਹ ਵੀ ਕੋਈ ਇੱਦਾਂ ਦਾ ਕਦਮ ਚੱਕਣਗੇ, ਐਕਸੈਪਟ ਕਰਨਗੇ, ਕਿਉਂਕਿ ਆਫਟਰ ਆਲ ਆਪਾਂ ਸਭ ਤੋਂ ਵੱਧ ਅੰਡਰਸਟੈਂਡ ਕਰ ਸਕਦੇ ਹਾਂ ਵੀ ਇੱਕ ਨਵੇਂ ਦੇਸ਼ 'ਚ ਆਉਣਾ ਕੀ ਹੁੰਦਾ ਆ. ਸਭ ਕੁਛ ਤੁਸੀਂ ਛੱਡ ਕੇ ਮਗਰ ਜਾ ਰਹੇ ਹੋ, ਬਹੁਤ ਛੋਟੇ ਥੋੜ੍ਹੇ ਜਿਹੇ ਬਿਲੋਂਗਿੰਗਸ ਲੈ ਕੇ ਆਉਣੇ, ਅਤੇ ਇੱਕ ਰੈਫਿਊਜੀ ਦੇ ਤੌਰ ਉਹਨਾਂ ਦਾ ਕੀ ਮਤਲਬ ਹੁੰਦਾ ਜਦ ਤੁਸੀਂ
ਥੋੜਾ ਬਕਰ ਬਾਦ ਸਾਰਾ ਸਭ ਕੁਝ ਛੱਡ ਕੇ ਆ ਰਹੇ ਹੁੰਦੇ ਹੋ ਯੂ ਨੋ ਦ ਪੀਪਲ ਨੀਡ ਸਪੋਰਟ ਐਂਡ ਦੇ ਨੀਡ ਹੈਲਪ ਐਂਡ ਆਈ ਥਿੰਕ ਉਹ ਵੀ ਆਪਣੇ ਵਾਂਗੂ ਹੀ ਫੀਲ ਕਰਨਗੇ ਮੋਸਟਲੀ ਮੈਂ ਵੀ ਅੱਜ ਤੱਕ ਜਿੰਨੀਆਂ ਵੀ ਸਪੀਚਸ ਦਿੱਤੀਆਂ ਨੇ ਆਫਟਰ ਆਲ ਆਈ ਟਾਕ ਲੋਟ ਅਬਾਊਟ ਮਾਈ ਪੇਰੈਂਟਸ ਅਤੇ ਉਹ ਜਦ ਇੱਥੇ ਕੰਟਰੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਕਿੰਨੀ ਐਕਸੈਪਟੈਂਸ ਫੀਲ ਕੀਤੀ ਸੀ ਉਸ ਟਾਈਮ 'ਤੇ ਪੀਅਰ ਟਰੂਡੋ ਆਪਣਾ ਪ੍ਰਾਈਮ ਮਿਨਿਸਟਰ ਸੀਗਾ ਅਤੇ ਮੈਂ ਕੁਛ ਯੂਗਾਨਨ ਰੈਫਿਊਜੀਜ਼ ਨੂੰ ਵੀ ਮਿਲੀ ਹੈਗੀਆਂ ਉਸ ਟਾਈਮ 'ਤੇ ਪੀਅਰ ਟਰੂਡੋ ਵੀ ਮੰਟਰੀਆਲ ਏਅਰਪੋਰਟ 'ਤੇ ਗਿਆ ਸੀਗਾ ਉਹਨਾਂ ਨੂੰ ਮਿਲਣ ਐਂਡ ਪੀਪਲ ਫੀਲ people feel like they're Canadian and they feel accepted and they want to be a part of Canadian society they do apnu hor ki chahida bhi jehde log itthe aake apda desh mannan te you know and work hard towards par apni community de log ohna nu chete vi rakhde ne jis tarah Halifax de vich 1970 de nede tere 1970 de vich ek ship aaya si oh thoda chir pehla ohna nu itthe sade gurdwara sahib malton gurdwara sahib bula ke ohna lokan da owner kita si jehde gore log si jadon sade aaye te ohna nu ਵੀ ਜਿਵੇਂ ਅੱਜ ਸੀਰੀਆ ਦੇ ਲੋਕਾਂ ਦੀ ਮਦਦ ਕਰ ਰਹੇ ਉਸ ਟਾਈਮ ਮਦਦ ਕੀਤੀ ਗਈ ਸੀ ਹਾਂਜੀ ਆਪਾਂ ਆਪਣੀ ਬਹੁਤ ਮਦਦ ਕੀਤੀ ਹੈ ਅਤੇ ਆਪਣੇ ਲੋਕਾਂ ਨੇ ਵੀ ਬਹੁਤ ਲੋਕਾਂ ਦੀ ਮਦਦ ਵੀ ਕੀਤੀ ਹੈ ਵੀ ਆਰ ਵੈਰੀ ਗਿਵਿੰਗ ਪੀਪਲ ਐਂਡ ਦੈਟਸ ਵਾਈ ਆਈ ਨੋ ਵੀ ਬਹੁਤ ਲੋਕ ਬੈਠੇ ਹੈਗੇ ਨੇ ਜਿਨ੍ਹਾਂ ਨੇ ਆਈ ਐਮ ਸ਼ੋਰ ਵਾਂਟ ਟੂ ਡੂ ਸਮਥਿੰਗ ਬਟ ਡੋਂਟ ਨੋ ਵਟ ਟੂ ਡੂ ਔਰ ਹਾਓ ਦੇ ਕੈਨ ਹੈਲਪ ਆਊਟ ਬਟ ਤੁਸੀਂ ਮੈਨੂੰ ਵੀ ਕੰਟੈਕਟ ਕਰ ਸਕਦੇ ਹੋ ਮੈਂ ਤੁਹਾਨੂੰ ਸਹੀ ਐਵਨਿਊਜ਼ ਦੇ ਯੂ ਨੋ ਦਿਖਾ ਦੂੰਗੀ ਕਿੱਥੇ ਕਿੱਥੇ ਤੁਸੀਂ ਜਾਣਾ ਕਿਹਨੂੰ ਫੋਨ ਕਰਨਾ ਹੈ ਇਫ ਯੂ ਵਾਂਟ ਟੂ ਹੈਲਪ ਯੂ ਕੈਨ ਆਲਵੇਜ਼ ਈਮੇਲ ਮੀ ਮੇਰੇ ਵੈਬਸਾਈਟ 'ਤੇ ਮੇਰਾ ਸਾਰਾ ਇਨਫੋਰਮੇਸ਼ਨ ਆ ਜਾਂ ਤੁਸੀਂ ਆਪਦੇ ਪ੍ਰੋਗਰਾਮ 'ਤੇ ਵੀ ਸ਼ੇਅਰ ਕਰ ਸਕਦੇ ਹੋ ਮੇਰਾ ਇਨਫੋਰਮੇਸ਼ਨ ਰੂਬੀ ਜੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਖਦਸ਼ਾ ਹੈ ਉਹ ਇਹ ਸੋਚਦੇ ਨੇ ਕਿ ਕਿਤੇ ਇਹ ਨਾ ਹੋਵੇ ਵੀ ਉਸ ਕੰਟਰੀ ਤੋਂ ਆ ਰਹੇ ਨੇ ਜਿੱਥੇ ਜਿਹੜੇ ਅੱਤਵਾਦ ਨੂੰ ਸਜ਼ਾ ਦਿੱਤੀ ਜਾਂਦੀ ਆ ਅਤੇ ਇਸ ਕਰਕੇ ਬਹੁਤੇ ਲੋਕਾਂ ਨੂੰ ਇਹ ਡਰ ਆ ਵੀ ਉਹਨਾਂ ਦੇ ਵਿੱਚ ਕੋਈ ਗਲਤ ਬੰਦੇ ਨਾ ਆ ਜਾਣ ਜਿਹੜੇ ਰਿਫਿਊਜੀ ਦੇ ਤੌਰ 'ਤੇ ਇੱਥੇ ਆ ਕੇ ਕੋਈ ਸਾਡੇ ਦੇਸ਼ ਲਈ ਖਤਰਾ ਨਾ ਬਣ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਹਾਂਜੀ ਦੇਖੋ ਹਜੇ ਤੱਕ ਜਿਹੜੇ ਵੀ ਕੰਟਰੀਜ਼ ਦੇ ਵਿੱਚ ਆਪਾਂ ਬਹੁਤ ਕੰਮ ਕੀਤਾ ਆ ਕੈਨੇਡਾ ਦੇ ਵਿੱਚ ਰਾਈਟ ਯੂਰੋਪੀਅਨ ਕੰਟਰੀਜ਼ ਦੇ ਤਾਂ ਚੱਲ ਦਰ ਉੱਥੇ ਹੀ ਨੇ ਉੱਥੇ ਬੈਠੇ ਨੇ ਲੋਕ ਆ ਜਾਂਦੇ ਆ ਯੂ ਨੋ ਹੀਅਰ ਯੂ ਹੈਵ ਟੂ ਗੈਟ ਔਨ ਅ ਪਲੇਨ ਔਰ ਗੋ ਥਰੂ ਅ ਲੋਟ ਆਫ ਸਿਕਿਉਰਿਟੀ ਚੈੱਕਸ ਇਨ ਔਰਡਰ ਟੂ ਗੈਟ ਹੀਅਰ ਆਪਣੀ ਵੀ ਜਿਹੜੇ ਡਿਫੈਂਸ ਮਿਨਿਸਟਰ ਆ ਇਮੀਗ੍ਰੇਸ਼ਨ ਮਿਨਿਸਟਰ ਆ ਦੇ ਆਰ ਰੀਅਸ਼ੋਰਿੰਗ ਅਸ ਵੀ ਉਹ ਜਿਹੜੇ ਚੈੱਕਸ ਉਹਨਾਂ ਨੇ ਫੈਸਿਲਿਟੀਜ਼ ਦੇਖ ਕੇ ਆਉਂਦੀਆਂ ਹੋਈਆਂ ਨੇ ਉਹ ਪ੍ਰੋਪਰ ਸਕਰੀਨਿੰਗ ਪੂਰੀ ਹੋ ਰਹੀ ਆ ਲੋਕਾਂ ਦੀ ਫੈਮਿਲੀ ਸਮੇਤ ਆ ਰਹੇ ਨੇ ਲੋਕ ਅਤੇ ਇਹ ਲੋਕ ਆਲਰੇਡੀ ਸੀਰੀਆ ਦੇ ਵਿੱਚ ਨਹੀਂ ਸੀਰੀਆ ਤੋਂ ਬਾਹਰ ਰਹਿ ਰਹੇ ਨੇ ਲੈਬਨਾਨ ਐਂਡ ਅਦਰ ਕੰਟਰੀਜ਼ ਉੱਥੇ ਕੈਂਪਸ ਦੇ ਵਿੱਚ ਰਹਿ ਰਹੇ ਨੇ ਕਾਫੀ ਚਿਰ ਦੇ ਸੋ ਅੱਜ ਤੱਕ ਜਿਹੜਾ ਇੱਥੇ ਕੋਈ ਰੈਫਿਊਜੀ ਦੇ ਤੌਰ ਆਇਆ ਵਾ ਹੈਜ਼ਨਟ ਡਨ ਸਮਥਿੰਗ ਲਾਈਕ ਦਿਸ ਐਂਡ ਯੂ ਨੋ ਵੀ ਫੀਲ ਕੰਫੀਡੈਂਟ ਐਜ਼ ਅ ਗਵਰਨਮੈਂਟ ਵੀ ਵੀ ਸ਼ੁਡਨਟ ਵਰੀ ਅਬਾਊਟ ਦੈਟ ਬਿਕੋਜ਼ ਜਿਹੜੇ ਲੋਕ ਹੈਗੇ ਨੇ ਇਨ ਪਲੇਸ ਚੈੱਕ ਕਰਨ ਨੂੰ ਉਹ ਚੱਬ ਦਾ ਕੰਮ ਕਰ ਰਹੇ ਨੇ ਐਂਡ ਵੀ ਬ੍ਰਿੰਗਿੰਗ ਇਨ ਜੈਨੂਇਨ ਆਨੈਸਟ ਪੀਪਲ ਦੈਟ ਦੈਟ ਨੀਡ ਅ ਹੈਲਪਿੰਗ ਹੈਂਡ ਲਾਸਟ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਆਪਣੀ ਰਾਈਡਿੰਗ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਹਾਂਜੀ ਮੈਂ ਸਿਰਫ ਆਪਦੇ ਬੰਨੀ ਉਹ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਈ ਵਿਲ ਪ੍ਰੋਮਿਸ ਟੂ ਵਰਕ ਵੈਰੀ ਹਾਰਡ ਐਂਡ ਆਈ ਨੋ ਵੀ ਤੁਸੀਂ ਬਹੁਤ ਸਪੋਰਟ ਕੀਤੀ ਹੈ ਮੇਰੀ ਬਹੁਤ ਉਮੀਦਾਂ ਲੈ ਕੇ ਤੁਸੀਂ ਇਹ ਨਵੀਂ ਗਵਰਨਮੈਂਟ ਨੂੰ ਚੁਣਿਆ ਵਾ ਯੂ ਨੋ ਐਂਡ ਦੈਟਸ ਦ ਜੋਬ ਦੈਟ ਵੀ ਆਰ ਵਾਂਟਿੰਗ ਟੂ ਡੂ ਵੀ ਆਰ ਵਾਂਟਿੰਗ ਟੂ ਮੇਕ ਸ਼ੋਰ ਵੀ ਕੀਪ ਆਰ ਪ੍ਰੋਮਿਸਿਸ ਅਸੀਂ ਜਿਹੜੇ ਵਾਅਦੇ ਕੀਤੇ ਨੇ ਉਹ ਨਿਭਾਉਣਾ ਚਾਹੁੰਦੇ ਹਾਂ ਐਂਡ ਵੀ ਆਰ ਗੋਇੰ ਟੂ ਮੇਕ ਸ਼ੋਰ ਦੈਟ ਵੀ ਕੀਪ ਟਰੂ ਟੂ ਆਰ ਵਰਡ ਰੂਬੀ ਜੀ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ 'ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ ਕਰਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਫਿਰ ਤੁਹਾਨੂੰ ਆਪਣੇ ਸਟੂਡੀਓ 'ਚ ਬੁਲਾ ਕੇ ਹੁਣ ਇਹਨਾਂ ਵਿਸ਼ਿਆਂ 'ਤੇ ਜਾਂ ਜਿਹੜੇ ਹੋਰ ਸਾਡੀ ਕਮਿਊਨਿਟੀ ਦੇ ਹੋਣਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਇਹ ਸੀ ਸਾਡੇ ਬ੍ਰੈਂਪਟਨ ਨੌਰਥ ਹਲਕੇ ਤੋਂ ਮੈਂਬਰ ਪਾਰਲੀਮੈਂਟ ਰੂਬੀ ਸੋਤਾ ਜੀ ਆਸ ਰੱਖਦੇ ਹਾਂ ਕਿ ਇਹਨਾਂ ਦੇ ਨਾਲ ਕੀਤੀ ਗੱਲਬਾਤ ਤੋਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਚੱਲਿਆ ਹੋਵੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਸ ਰੱਖਦੇ ਹਾਂ ਕਿ ਇਹ ਤੁਹਾਡੀਆਂ ਛਾਵਾਂ 'ਤੇ ਆਪਣੇ ਹਲਕੇ ਦੀਆਂ ਲੋਕਾਂ ਦੀਆਂ ਛਾਵਾਂ 'ਤੇ ਪੂਰਾ ਉਤਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਹੋਰ ਸਾਡੇ ਚੁਣੇ ਹੋਏ ਪ੍ਰਤੀਨਿਧ ਕਿਸੇ ਹੋਰ ਨਵੇਂ MP ਦੇ ਨਾਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਅਗਲੇ ਹਫ਼ਤੇ ਅਸੀਂ ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਵਾਂਗੇ